कच्ची सरसों पेल के ना खल भई ना खल भई ना तेल कभी पके से तीखे जाते साध परम की जे तो प्रेम खेलन का चाव पके से तीखे जे तो प्रेम खेलन का चाव जोबन जांदे ना डरा जे शव प्रीत न जा प्रेम खेलन का चाव जे शव प्रीत ना जाए कहाँ भयो कहाँ भयो जो तन भयो छिन छिन जे शव प्रीत न जाए कहाँ भयो जो तन भयो छिन छिन तन मन काट काट सब अर्पी तन मन काट काट सब अर्पी विच अग्नि आप जलाई जे शव प्रीत ना जाए मेरी प्रीत गोविंद सो जिन गटे तन मन काट काट सब अरुपी जे राज दे ता कवन बड़ाई राज ना चाहो राज ना चाहो मुक्त ना चाहो मन प्रीत चरण कमलारे मेरी प्रीत गोविंद स्यों जिन गटे मेरी प्रीत गोविंद स्यों जिन गटे फरीदा गलिये चिकड़े जे तो प्रेम खेलन का चाव सिर धर तली सिर धर तली गली मरिया गलिये चिकड़े किमें हुआ कदम कदम ते कदम फिसलदा है तेरी गली तेरे राह दियां औकड़ा तेरे नाल सांझियां करना चाहना हुण
ਤਾਂ ਉਹ ਔਕੜਾਂ ਜੀਵਨ ਦਾ ਹਿੱਸਾ ਬਣੀਆਂ ਦਿਸਦੀਆਂ ਨੇ। ਬਾਬਾ ਕਬੀਰ ਜੀ ਦਾ ਅੱਜ ਵਾਲਾ ਸਲੋਕ ਦਿਲ ਜਿਗਰੇ ਬਣਾਉਣ ਵਾਲਾ ਹੈ ਕਿ ਔਖੇ ਰਾਹਾਂ ਵਿੱਚ ਕਿਵੇਂ ਚੱਲਣਾ ਹੈ। ਬੁਜ਼ਦਿਲ ਨਹੀਂ ਬਣਨਾ, ਕਮਜ਼ੋਰ ਨਹੀਂ ਹੋਣਾ, ਉਸ ਮਹਾਨ ਬਲਵਾਨ ਨਾਲ ਜੇ ਰਿਸ਼ਤਾ ਪਾਉਣਾ ਤਾਂ ਕੋਈ ਕਮਜ਼ੋਰੀ ਨਹੀਂ ਦਿਖਾਈ ਜਾ ਸਕਦੀ। ਜਿਸ ਦਾ ਜ਼ੋਰ, ਜਿਸ ਦੀ ਤਾਕਤ, ਜਿਸ ਦਾ ਬਲ, ਬਾਬਲ ਮੇਰਾ ਵੱਡ ਸਮਰੱਥਾ, ਜਿਸ ਦੀ ਸਮਰੱਥਾ ਇੰਨੀ ਮਹਾਨ ਹੋਵੇ, ਉਹਦੇ ਨਾਲ ਜੇ ਤੂੰ ਕੋਈ ਰਿਸ਼ਤਾ, ਕੋਈ ਸੰਬੰਧ ਕਾਇਮ ਕਰਨਾ ਹੋਵੇ ਤਾਂ ਕਿਸੇ ਬੁਜ਼ਦਿਲੀ ਨਾਲ, ਕਮਜ਼ੋਰੀ ਨਾਲ ਨਹੀਂ ਕੀਤਾ ਜਾ ਸਕਦਾ। ਇਸ ਲਈ ਤੈਨੂੰ ਵੀ ਸਾਬਤ ਦਿਲੀ ਦਾ ਪਹਿਲਾ ਸਵਾਲ ਤੇਰੇ ਸਾਹਮਣੇ ਸ਼ਰਤ ਬਾਬਾ ਫਰੀਦ ਨੇ ਰੱਖ ਦਿੱਤੀ। ਕਹਿਣ ਲੱਗਾ ਬਾਬਾ ਕਬੀਰ ਨੇ ਹੀ ਆਖਿਆ, ਕਹਿਣ ਲੱਗਾ ਜਾ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ। ਉਹ ਖੁਦਾ ਦੇ ਮਿਲਾਪ ਦੀ, ਖੁਦਾ ਦੇ ਸੰਬੰਧ ਦੀ ਗੱਲ ਸੋਚਣੀ ਛੱਡ ਦੇਵੇ ਜੇ ਉਹ ਦਿਲ ਸਾਬਤ ਨਹੀਂ ਰੱਖ ਸਕਦਾ। ਕਮਜ਼ੋਰ ਦਿਲ ਜਿਹੜੇ ਨੇ ਉਹ ਐਡੇ ਮਹਾਨ ਬਲਵਾਨ ਪ੍ਰਭੂ ਨਾਲ ਸੰਬੰਧ ਕਿਵੇਂ ਕਾਇਮ ਕਰਨਾ। ਲਓ ਸਾਡੇ ਸਾਹਮਣੇ ਇੱਕ ਐਸਾ ਸਵਾਲ ਖੜਾ ਕਰ ਦਿੱਤਾ। ਰੱਬ ਨੂੰ ਮਿਲਣ ਦੀਆਂ ਗੱਲਾਂ ਰੋਜ਼ ਲੋਕ ਕਰਦੇ ਨੇ। ਇੱਕ ਧਰਮ ਦਾ ਖੇਤਰ ਐਸਾ ਹੈ ਜਿੱਥੇ ਦਿਨ ਰਾਤ ਇਹੋ ਹੀ ਸੋਚਿਆ ਜਾਂਦਾ ਹੈ ਪ੍ਰਭੂ ਨੂੰ ਕਿਵੇਂ ਮਿਲਣਾ ਹੈ। ਤੈਨੂੰ ਮਿਲਣ ਦਾ ਇਹ ਚਾਂਸ ਮਿਲਿਆ ਮਨੁੱਖਾਂ ਦੇ ਹੀ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਹੈ, ਕਿਵੇਂ ਮਿਲਣਾ ਹੈ। ਐਸੀਆਂ ਸੰਸਥਾਵਾਂ ਬਣ ਗਈਆਂ, ਐਸੀਆਂ ਮਰਿਆਦਾ ਕਾਇਮ ਕੀਤੀਆਂ ਗਈਆਂ ਜਿੱਥਾਂ ਜਿਹਨਾਂ ਦਾ ਨਾਮ ਹੀ ਰੱਖਿਆ ਗਿਆ ਪ੍ਰਭ ਮਿਲਨੇ ਕਾ ਚਾਓ। ਚਾਹੀ ਤਾਂ ਸਭ ਕੁਛ ਪੂਰਾ ਨਹੀਂ ਹੁੰਦਾ। ਮਨੁੱਖ ਦੀ ਜ਼ਿੰਦਗੀ ਅੰਦਰ ਬੜੇ ਚਾਓ ਬਣਦੇ ਨੇ ਜਿਹੜੇ ਅਧੂਰੇ ਰਹਿ ਜਾਂਦੇ ਨੇ। ਕਾਰਨ ਹਰ ਚਾਓ ਕੁਛ ਮੰਗਦਾ ਹੈ, ਹਰ ਚਾਓ ਦੇ ਸਾਹਮਣੇ ਕੁਝ ਸਵਾਲ ਨੇ, ਕੁਝ ਸ਼ਰਤਾਂ ਨੇ। ਮੇਰਾ ਚਾਓ ਹੀ ਸਭ ਕੁਝ ਨਹੀਂ ਹੁੰਦਾ, ਚਾਓ ਤਾਂ ਤੇਰੇ ਬੜੇ ਨੇ। ਪ੍ਰਭੂ ਮਿਲਣ ਦਾ ਚਾਓ ਵੀ ਤੂੰ ਆਪਣੀ ਲਿਸਟ ਵਿੱਚ ਜੇ ਭਲਾ ਰੱਖ ਲਵੇਂ ਤਾਂ ਕਦੀ ਇਹ ਵੀ ਸੋਚਿਆ ਇਹ ਪ੍ਰਭੂ ਮਿਲਣੇ ਕਾ ਚਾਓ ਜਿਹੜਾ ਹੈ ਉਹਦੇ ਸਾਹਮਣੇ ਵੀ ਇੱਕ ਸ਼ਰਤ ਹੈ। ਜਿਹੜੀ ਬਾਬਾ ਕਬੀਰ ਜੀ ਨੇ ਆਖ ਦਿੱਤੀ ਸੀ ਪਹਿਲੇ, ਜਾਂ ਕਿ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ। ਰੱਬ ਨੂੰ, ਖੁਦਾਬੰਦ ਨੂੰ ਕਿਵੇਂ ਮਿਲੇਗਾ? ਪਹਿਲੇ ਆਪਣੇ ਦਿਲ ਸਾਬਤ ਕਰ। ਬੜੀਆਂ ਔਕੜਾਂ ਨੇ, ਬੜੀਆਂ ਰੁਕਾਵਟਾਂ ਨੇ ਇਸ ਰਾਹ ਵਿੱਚ। ਐਵੇਂ ਨਹੀਂ ਬਾਬਾ ਫਰੀਦ ਨੇ ਆਖਿਆ, ਫਰੀਦਾ ਗਲੀਏ ਚਿੱਕੜ ਤੋ ਔਕੜੀ ਹੈ ਨਾ, ਰਾਹ ਹੋਵੇ
ਜਿਹੜਾ ਚਿੱਕੜ ਵਿੱਚ ਭਰਿਆ ਹੋਇਆ ਕਦਮ ਕਦਮ ਤੇ ਠੇਡੇ ਵੱਜਣ ਕਦਮ ਕਦਮ ਤੇ ਕਦਮ ਫਿਸਲਣ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਗਲੀਏ ਚਿੱਕੜ ਦੂਰ ਘਰ ਦੂਰ ਘਰ ਪਰ ਨਾਲ ਪਿਆਰ ਨੇ ਹੋ ਸਵਾਲ ਤਾਂ ਪ੍ਰੀਤ ਦਾ ਜੋ ਤੋਏ ਸਾਧ ਪ੍ਰਮ ਕੀ ਪ੍ਰਮ ਦਾ ਮਤਲਬ ਪ੍ਰੀਤ ਪ੍ਰੇਮ ਸਵਾਲ ਤਾਂ ਪ੍ਰੀਤ ਦਾ ਦੂਰ ਘਰ ਨਾਲ ਪਿਆਰੇ ਨਿਉ ਨਿਉ ਦਾ ਅਰਥ ਵੀ ਸੰਬੰਧ ਪ੍ਰੇਮ ਪਿਆਰ ਹੈ ਸ਼ਾਇਰ ਨੇ ਬੜੀ ਖੂਬਸੂਰਤ ਕਰ ਦਿਆ ਜਿਨ੍ਹਾਂ ਦੇ ਅੰਦਰ ਪ੍ਰਭੂ ਪ੍ਰੀਤ ਦਾ ਚਾਉ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਤੀ ਉਹ ਬਿਨ ਅਮਲਾਂ ਤੋਂ ਖੀਵੇ ਅੱਠੇ ਪੈਰ ਮਹਿਲ ਵਿੱਚ ਚਾਨਣ ਬਲਣ ਪ੍ਰੇਮ ਦੇ ਦੀਵੇ ਇੱਥੇ ਬਸ ਨਹੀਂ ਕਿਸੇ ਨੇ ਨਦੀ ਨੂੰ ਆਖਿਆ ਹੇ ਨਦੀ ਜਦੋਂ ਸਾਰੇ ਲੋਕ ਸੁੱਤੇ ਪਏ ਆਰਾਮ ਵਿੱਚ ਹੁੰਦੇ ਨੇ ਤੂੰ ਉਦੋਂ ਵੀ ਚੱਲਦੀ ਹੁੰਦੀ ਹੈ ਉਦੋਂ ਵੀ ਚੱਲਦੀ ਹੁੰਦੀ ਤੇ ਨਦੀ ਨੇ ਜਵਾਬ ਦਿੱਤਾ ਕਿਉਂਕਿ ਮੈਨੂੰ ਇੱਕ ਚਾਉ ਹੁੰਦਾ ਹੈ ਸਾਗਰ ਨੂੰ ਮਿਲਣ ਦਾ ਇਸ ਲਈ ਨਦੀਆਂ ਸੌਂਦੀਆਂ ਨਹੀਂ ਉਹ ਆਰਾਮ ਨਹੀਂ ਕਰਦੀਆਂ ਉਹਨਾਂ ਦੇ ਮਨ ਵਿੱਚ ਚਾਉ ਉਹਨਾਂ ਦੇ ਕਦਮਾਂ ਵਿੱਚ ਬਲ ਰੱਖੀ ਰੱਖਦਾ ਹੈ ਉੱਦਮ ਰੱਖੀ ਰੱਖਦਾ ਹੈ ਤੇ ਬਾਬਾ ਫਰੀਦ ਨੇ ਵੀ ਇਹੋ ਗੱਲ ਆਖੀ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨਿਹੋਂ ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਜੇ ਮੈਂ ਡਰ ਜਾਵਾਂ ਰੁਕ ਜਾਵਾਂ ਵੀ ਚਿੱਕੜ ਵਿੱਚ ਕਦਮ ਕਿਉਂ ਧਰਾਂ ਰਹਾਂ ਤਾਂ ਟੁੱਟੇ ਨਿਹੋਂ ਇਹ ਗਲੀ ਛੱਡਦੇ ਹਾਂ ਇਸ ਗਲੀ ਵਿੱਚ ਔਕੜਾਂ ਨੇ ਕੋਈ ਸੌਖੇ ਰਾਹ ਕੋਈ ਮਖਮਲੀ ਰਾਹ ਮਿਲ ਜਾਣ ਫਿਰ ਇੱਕ ਖਿਆਲ ਕਰੀ ਜੇ ਰਹਾਂ ਤਾਂ ਟੁੱਟੇ ਨਿਉਂ ਪ੍ਰੇਮ ਕੁਝ ਮੰਗਦਾ ਹੈ ਕੁਝ ਮੰਗਦਾ ਹੈ ਇਸੇ ਲਈ ਅਗਲੀ ਲਾਈਨ ਵਿੱਚ ਕਹਿ ਦਿੱਤਾ ਕੋਈ ਨਹੀਂ ਬੇਪਰਵਾਹ ਹੋ ਪ੍ਰੇਮ ਦੇ ਰਾਹਾਂ ਵਿੱਚ ਪ੍ਰੀਤ ਦੇ ਰਾਹਾਂ ਵਿੱਚ ਬੇਪਰਵਾਹੀ ਇਹ ਨਹੀਂ ਕਿਸੇ ਛੋਟੀਆਂ ਚੀਜ਼ਾਂ ਦੀ ਬੇਪਰਵਾਹੀ ਅਸੀਂ ਤਾਂ ਛੋਟੀਆਂ ਛੋਟੀਆਂ ਔਕੜਾਂ ਵਿੱਚ ਜਾਲ ਵਿੱਚ ਫਸੇ ਹੋਏ ਹਾਂ ਬੜੇ ਤੂਫਾਨ ਨੇ ਇਸ ਵਿੱਚ ਚਿੱਕੜ ਸਿਆਸਤ ਦਾ ਵੀ ਹੈ ਇਸ ਵਿੱਚ ਚਿੱਕੜ ਲੋਭ ਲਾਲਚ ਦਾ ਵੀ ਹੈ ਸਭ ਚਿੱਕੜ ਇਸ ਵਿੱਚ ਚਿੱਕੜ ਹੋਂਦਾ ਵੀ ਹੈ ਹਰ ਚਿੱਕੜ ਵਿੱਚ ਜਾ ਕੇ ਮਨੁੱਖ ਫਸਿਆ ਤਿਲਕ ਜਾਂਦਾ ਹੈ ਬੜੇ ਲੋਕ ਵੇਖੇ ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਸਨ ਪਰ ਲੋਭ ਲਾਲਚ ਦੇ ਪ੍ਰਧਾਨਗੀਆਂ ਦੇ ਸਿਆਸਤ ਦੀਆਂ ਕੁਰਸੀਆਂ ਦੇ ਚਿੱਕੜ ਵਿੱਚ ਤਿਲਕ ਗਏ
तिलके भी ऐसे डिगे मुड़ उठन जोगे न रहे। जामे सफेद जामे दागी हो गए, चिकन दा दाग भी नहीं निकलता। तो चिकन विच डिगदा कदों है? जदों फिसलदा। ते फिसलदा चिकन करके ते धर्म दे राह विच भी चिकन है, सियासत दा चिकन है। बड़े मित्र देखदियां देखदियां फिसल गए। धर्म दे राह विच भी चिकन है, दौलत दी हामे प्रधानगियां दी शोहरत दी दलदल है, जिस दलदल विच मनुख अक्सर फिसल रहे ने। अज दे युग विच ज्यादा फिसल रहे ने। बड़ियां अंधेरियां भी झुलदियां ने इस राह विच। बड़ी खूबसूरत एक एग्जाम्पल दिती है बाबा कबीर जी ने, ते कहन लगी कबीर फल लागे फल टाणी नाल लगे हुए फल देखने विच भी खूबसूरत, ते माली दे हर पल हर स्वास नाल उंदियां आसां दा जस्मा असल। ओ हर पल एक आस लाई बैठा है, जेड़ा टाणी नाल लगा फल है ना पक जाएगा। ते जदों पक जाएगा इस फल दी बड़ी वैल्यू होएगी, बड़ी कीमत मिलेगी, बड़ी कीमती चीज हो जाएगी। उंदे मन दी इच्छा मन दी सदर हुंदी है। मेरे बाग दे अंदर जिन्ने दरखत ने उन्हां नाल लगन वाले फल पक जान, पर अक्सर देखने विच की आउंदा है अंधेरियां झुलदियां ने तूफान आंदे ने। ओ अंधेरियां की ने? एहो ही जिहड़ियां साडे जीवन विच साडे देखण विच अज झुल रहियां ने, राजनीतिक कुर्सियां दियां अंधेरियां, एहो ही लोभ लालच प्रधानगियां दियां अंधेरियां तूफान। ते इन्हां तूफानां दे मुकाबला पक्के दिल नाल साबत दिली नाल ना कर सकन वाले कमजोर दिल जड़े ने ओ टाणी दा साथ छड बैंदे ने। गुरु एक रब दे रब रूपी दरखत दी एक खूबसूरत टाणी है जिंदे नाल सिख फल लगदा है, फल लगदा है। ते टाणी उसनू ज्ञान दा गुरमत दा रस दे दे के पाल दी। गुरु दा कम एहो ही है, पाल दी है। पर जदों एहो जिहियां खौफनाक एक अंधेरियां नहीं डर दियां अंधेरियां भी हुंदियां ने, कई बार छेक देण दियां अंधेरियां हुंदियां ने, उंदे तो डर के भी फल टुट जांदा है। ਇਹ ਵੀ ਅੰਧੇਰੀਆਂ ਨੇ, ਕਈਆਂ 'ਤੇ ਵਰਤ ਜਾਂਦੀਆਂ ਨੇ, ਕਈਆਂ ਨੂੰ ਤੋੜ ਜਾਂਦੀਆਂ ਨੇ, ਉਹ ਫਿਰ ਉਸੇ ਝੂਠ ਦੇ ਸਾਹਮਣੇ ਝੁੱਕ ਜਾਂਦੇ ਨੇ। ਨਹੀਂ, ਹਰ ਅੰਧੇਰੀ ਨੂੰ ਚੱਕਣਾ ਹੈ। ਐਵੇਂ ਮਾਲਕ ਤੱਕ ਨਹੀਂ ਪੁੱਜਣਾ, ਐਵੇਂ ਉਸ ਟਾਣੀ ਨਾਲ ਸਾਂਝ ਬਣੀ ਨਹੀਂ ਰਹਿਣੀ। ਹਰ ਅੰਧੇਰੀ ਦਾ ਮੁਕਾਬਲਾ ਕਰਨਾ ਪੈਣਾ ਹੈ, ਸਾਬਤ ਦਿਲੀ ਨਾਲ ਦ੍ਰਿੜਤਾ ਨਾਲ ਮੁਕਾਬਲਾ ਕਰਨਾ ਪੈਣਾ ਹੈ। ਅਤੇ ਜੇ ਗੁਰੂ ਗੁਰੂ ਦੀ ਗੱਲ ਛੱਡ ਗਏ ਇਸ ਖਿਆਲ ਨਾਲ, ਇਸ ਅੰਧੇਰੀ ਤੋਂ ਦੇ ਤੂਫਾਨ ਅਤੇ ਡਰ ਤੋਂ ਜਾਂ ਲਾਲਚ ਤੋਂ,
ਪਲਿਓ ਜਿਹਨੇ ਗੁਰੂ ਦੀ ਟਾਹਣੀ ਨਾਲ ਸਾਂਝ ਰੱਖਣੀ ਹੈ ਨਾ ਉਹਨੂੰ ਨਾ ਲਾਲਚ ਦੀ ਮੈਂ ਤਾਂ ਕਈ ਵਾਰ ਬਾਣੀ ਦੀ ਇੱਕ ਲਾਈਨ ਸਾਹਮਣੇ ਆ ਨਾ ਸਤਿਗੁਰੂ ਨੇ ਕਿਉਂ ਆਖਿਆ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ ਹੈ ਸੁਰਗ ਇੱਕ ਲਾਲਚ ਹੈ ਨਰਕ ਇੱਕ ਡਰ ਹੈ ਮਨੁੱਖ ਨਰਕ ਤੋਂ ਡਰਦਾ ਹੈ ਵੀ ਕਿਤੇ ਨਰਕ ਵਿੱਚ ਨਾ ਪੈ ਜਾਵਾਂ ਅਤੇ ਸਵਰਗ ਦਾ ਲਾਲਚ ਹੁੰਦਾ ਉੱਥੇ ਬੜੇ ਆਸ਼ ਪ੍ਰਸਤੀ ਬੜੇ ਸੁੱਖ ਇਹ ਜਿੰਨੇ ਲਾਲਚ ਦਿੱਤੇ ਜਾਂਦੇ ਨੇ ਇਹ ਮਨ ਨੂੰ ਸਵਰਗ ਦਿਖਾਇਆ ਜਾਂਦਾ ਹੈ ਜਿੰਨੇ ਡਰ ਦਿੱਤੇ ਜਾਂਦੇ ਨੇ ਭੈ ਦਿੱਤੇ ਜਾਂਦੇ ਨੇ ਭਾਵੇਂ ਜੇਲ੍ਹਾਂ ਦੇ ਹੋਣ ਭਾਵੇਂ ਹਮਲੇ ਕਰ ਕਰ ਮਾਰਨ ਦੇ ਹੋਣ ਭਾਵੇਂ ਹੁਕਮਨਾਮੇ ਦੇ ਕੇ ਛੇਕਣ ਦੇ ਹੋਣ ਇਹ ਸਾਰੇ ਡਰ ਨੇ ਇੱਕ ਪਾਸੇ ਨਰਕ ਖਲੋਤਾ ਹੈ ਇੱਕ ਪਾਸੇ ਸਵਰਗ ਖਲੋਤਾ ਹੈ ਅਤੇ ਗੁਰੂ ਨੇ ਆਖਿਆ ਮੈਂ ਦੋਵਾਂ ਨੂੰ ਛੱਡ ਗਿਆ ਐਸੀ ਮਜ਼ਬੂਤੀ ਦਿੱਤੀ ਹੈ ਗੁਰੂ ਨੇ ਕਹਿੰਦੇ ਨੇ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ ਗੁਰੂ ਨੇ ਇਹ ਦ੍ਰਿੜਤਾ ਇਹ ਬਲ ਇਹ ਸ਼ਕਤੀ ਮੇਰੀ ਨਹੀਂ ਮੇਰੇ ਗੁਰੂ ਦੀ ਹੈ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ ਕਿਉਂ ਕਿਉਂਕਿ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ ਮੇਰਾ ਪਿਆਰ ਤਾਂ ਮੇਰੇ ਗੁਰੂ ਨਾਲ ਬਣਿਆ ਰਹੇ ਉਹਦੇ ਚਰਨਾਂ ਨਾਲ ਜੁੜਿਆ ਰਹਾਂ ਇਹੋ ਗੱਲ ਬਾਬਾ ਕਬੀਰ ਜੀ ਨੇ ਆਖੀ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਫਲ ਲਾਗੇ ਫਲਨ ਜਦੋਂ ਫਲ ਦਰਖਤਾਂ ਦੀਆਂ ਟਾਹਲੀਆਂ ਨਾਲ ਵੱਡੇ ਹੋਣ ਲੱਗੇ ਖੂਬਸੂਰਤ ਰਸਮਈ ਹੋਣ ਲੱਗੇ ਤਾਂ ਅੰਧੇਰੀਆਂ ਆ ਗਈਆਂ ਪੱਕਣ ਲੱਗੇ ਆਂਬ ਅੰਬ ਪੱਕਣ ਲੱਗ ਪਏ ਫਲ ਵੱਡੇ ਹੋਣ ਲੱਗ ਪਏ ਅੰਬ ਪੱਕਣ ਲੱਗ ਪਏ ਅਤੇ ਅੰਧੇਰੀਆਂ ਆਈਆਂ ਤੂਫਾਨ ਆਏ ਪਰ ਇੱਕ ਖਿਆਲ ਕਰਿਓ ਬਾਬਾ ਕਬੀਰ ਜੀ ਨੇ ਆਖਿਆ ਮਾਲਕ ਤੱਕ ਅੰਬ ਉਹੋ ਹੀ ਪਹੁੰਚਿਆ ਜਿਹੜਾ ਅੰਬ ਟਾਹਣੀ ਨਾਲੋਂ ਟੁੱਟਿਆ ਨਹੀਂ ਅਤੇ ਪੱਕ ਗਿਆ ਉਹਨਾਂ ਪੱਕੇ ਫਲਾਂ ਨੂੰ ਜਾ ਕੇ ਮਾਲੀ ਨੇ ਮਾਲਕ ਅੱਗੇ ਭੇਟ ਕੀਤਾ ਅਤੇ ਜਿਹੜੇ ਟਾਹਣੀ ਨਾਲੋਂ ਟੁੱਟ ਕੇ ਅਧਵਾਟੇ ਹੀ ਡਿੱਗ ਪਏ ਸਭ ਦਿਲੀ ਨਾ ਦਿਖਾ ਸਕੇ ਗੁਰੂ ਨਾਲ ਜੁੜੇ ਰਹਿ ਨਾ ਜੁੜੇ ਰਹਿ ਸਕੇ ਆ ਬਾਬਾ ਕਬੀਰ ਜੀ ਨੇ ਅੱਜ ਵਾਲੇ ਸਲੋਕ ਵਿੱਚ ਇੱਕ ਲਫ਼ਜ਼ ਕਿਉਂ ਕਹਿਣਾ ਹੈ ਕਹਿੰਦੇ ਨੇ ਜੋ ਤੋ ਸਾਧ ਪ੍ਰਮ ਕੀ ਅੱਗੇ ਕੀ ਹੈ ਪੱਕੇ ਛੇਤੀ ਖੇਲ ਬੜੀ ਮਜ਼ਬੂਤੀ ਨਾਲ ਪੱਕਾ ਦਿਲ ਕਰਕੇ ਦ੍ਰਿੜ ਇਰਾਦੇ ਨਾਲ ਜੇ ਪ੍ਰੇਮ ਦੀ ਖੇਡ ਖੇਡਣੀ ਤਾਂ ਖੇਡ ਅਤੇ ਜੇ ਕਮਜ਼ੋਰ ਨਿਕਲਿਓ ਤਾਂ ਫਿਰ ਕੀ ਹਾਲਤ ਹੋਵੇਗੀ ਅਗਲੀ ਲਾਈਨ ਵਿੱਚ ਦੱਸ ਦਿੱਤੀ ਕਹਿਣ ਲੱਗੇ ਉਹ ਹਾਲਤ ਹੋਵੇ ਜਿਵੇਂ ਕੋਈ ਕੱਚੀ ਸਰਸੋਂ ਨੂੰ ਅਜੇ ਸਰਸੋਂ ਦੇ ਦਾਣੇ ਪੱਕਣ ਨਾ ਸੁੱਕ ਕੇ ਝੜਨ ਨਾ ਉਸ ਤੋਂ ਪਹਿਲਾਂ ਅਜੇ ਕੱਚੀ ਸਰਸੋਂ ਹੋਵੇ ਅਤੇ ਉਦੋਂ ਉਹਨੂੰ ਕੋਈ ਆ ਕੇ ਵੇਲਣੇ ਵਿੱਚ ਪਾ ਕੇ ਪੀੜਨਾ ਸ਼ੁਰੂ ਕਰ ਦੇਵੇ ਤਾਂ ਇੱਕ ਵਿਸ਼ਵਾਸ ਕਰਿਓ ਨਾ ਉਹਦੇ 'ਚੋਂ ਤੇਲ ਨਿਕਲੇਗਾ ਨਾ ਉਹਦੀ ਖਲ ਬਣੇਗੀ ਕਿਉਂਕਿ ਸਰਸੋਂ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਜਦੋਂ ਕਿਸਾਨ ਸਰਸੋਂ ਨੂੰ ਪੀੜਦਾ ਹੈ ਪੜਾਉਂਦਾ ਉਦੋਂ ਕੀ ਹੁੰਦਾ ਵਿੱਚੋਂ ਤੇਲ ਵੱਖਰਾ ਹੋ ਜਾਂਦਾ ਅਤੇ ਖਲ ਵੱਖਰੀ ਹੋ ਜਾਂਦੀ ਹੈ ਖਲ ਵੀ ਬੜੀ ਕੀਮਤੀ ਵਿਕਦੀ ਹੈ ਅਤੇ ਤੇਲ ਵੀ ਕੀਮਤੀ ਹੁੰਦਾ ਪਰ ਬਾਬਾ ਕਬੀਰ ਕਹਿੰਦੇ ਨੇ ਤਾਂ ਹੀ ਹੁੰਦਾ ਜੇ ਉਹ ਸਰਸੋਂ ਪੱਕ ਜਾਏ ਜੇ ਕੱਚੀ ਰਹਿ ਜਾਏ ਕੱਚੀ ਸਰਸੋਂ ਪੇਲ ਕੇ ਨਾ ਖਲ ਭਈ ਨਾ ਤੇਲ ਜਿਹੜੇ ਲੋਕ ਪ੍ਰਭੂ ਪ੍ਰੀਤ ਨਾਲੋਂ ਗੁਰੂ ਨਾਲੋਂ ਟੁੱਟ ਕੇ ਕਿਸੇ ਸੰਸਾਰ ਦੇ ਸੁੱਖ ਲਈ ਕਿਸੇ ਸਵਰਗ ਲਈ ਆਪਣਾ ਆਪ ਗੁਰੂ ਨਾਲੋਂ ਵੱਖ ਕਰ ਚੁੱਕੇ ਨੇ ਕਹਿੰਦੇ ਨੇ ਉਹਨਾਂ ਦੀ ਹਾਲਤ ਕੀ ਹੈ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਇਸ ਲਈ ਬਾਬਾ ਕਬੀਰ ਜੀ ਨੇ ਵਿਸ਼ਵਾਸ ਦਵਾਇਆ ਕਿ ਜੇ
ਪ੍ਰਭੂ ਨਾਲ ਗੁਰੂ ਨਾਲ ਪ੍ਰੀਤ ਕੀਤੀ ਤਾਂ ਇੰਨਾ ਦ੍ਰਿੜ ਇਰਾਦਾ ਇੰਨਾ ਮਜ਼ਬੂਤ ਰੱਖ ਕਿ ਇੱਕ ਪਾਸੇ ਸਵਰਗ ਹੋਵੇ, ਇੱਕ ਪਾਸੇ ਨਰਕ ਹੋਵੇ, ਇੱਕ ਪਾਸੇ ਜੀਵਨ ਦੀਆਂ ਬੜੀਆਂ ਕੀਮਤੀ ਵਸਤੂਆਂ ਤੈਨੂੰ ਲਾਲਚ ਵਿੱਚ ਦਿੱਤੀਆਂ ਜਾ ਸਕਣ, ਇੱਕ ਪਾਸੇ ਤੈਨੂੰ ਛੇਕ ਦੇਣ ਦਾ ਜਾਂ ਜੇਲ੍ਹ ਵਿੱਚ ਸੁੱਟਣ ਦਾ ਐਸਾ ਡਰ ਵੀ ਦਿੱਤਾ ਜਾਏ, ਪਰ ਤੇਰਾ ਮਨ ਇੰਨਾ ਮਜ਼ਬੂਤ ਹੋਵੇ ਕਿ ਨਾ ਤੂੰ ਸਵਰਗ ਦਾ ਖਿਆਲ ਕਰੇ ਨਾ ਤੂੰ ਨਰਕ ਦਾ ਖਿਆਲ ਕਰੇ। ਇਹੋ ਹੀ ਗੱਲ ਬਾਬਾ ਕਬੀਰ ਜੀ ਨੇ ਅੱਗੇ ਕਹੀ ਸੀ, ਸੁਰਗ ਨਰਕ 'ਤੇ ਮੈਂ ਰਹੋ ਸਤਿਗੁਰੂ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਆਰਾਦ। ਇਹੋ ਹੀ ਗੱਲ ਅੱਜ ਦੇ ਸਲੋਕ ਵਿੱਚ ਸਮਝਾਈ ਅਤੇ ਆਖਿਆ ਕਬੀਰ ਜੋ ਤੋਏ ਸਾਧ ਪਿਨਮ ਕੀ ਕਬੀਰ ਜੋ ਤੋਏ ਸਾਧ ਪਾਕੇ ਸਤੀ ਖੇ ਪਾਕੇ ਸਤੀ ਖੇਲ ਨਹੀਂ ਤਾਂ ਕਾਚੀ ਸਰਸੋਂ ਪੇਲ ਕੇ ਕਾਚੀ ਸਰਸੋਂ ਪੇਲ ਕੇ ਨਾ ਖਲ ਭਈ ਨਾ ਤੇ ਨਾ ਖਲ ਭਈ ਨਾ ਸਲੋਕ ਸਾਡੇ ਦਿਲ ਜਿਗਰੇ ਲਈ, ਸਾਡੀ ਦ੍ਰਿੜਤਾ ਲਈ, ਸਾਡੀ ਮਨ ਮਜ਼ਬੂਤੀ ਲਈ, ਪ੍ਰਭੂ ਦੇ ਰਾਹਾਂ ਦੇ ਵਿੱਚ ਜਿਹੜੀਆਂ ਵੀ ਰੁਕਾਵਟਾਂ ਨੇ ਸਾਰੀਆਂ ਨੂੰ ਦੂਰ ਕਰਦਾ ਹੈ, ਮਿਲਾਪ ਦਾ ਇੱਕ ਰਾਹ ਦਿਖਾਉਂਦਾ ਹੈ। ਕਹਿੰਦਾ ਜੇ ਤੂੰ ਕੇਵਲ ਮਨ ਮਜ਼ਬੂਤ ਕਰ ਲੈ ਤਾਂ ਤੇਰੇ ਰਾਹ ਵਿੱਚ ਕੋਈ ਔਕੜ ਨਹੀਂ। ਪਰ ਮਨ ਮਜ਼ਬੂਤ ਦੀ ਨਿਸ਼ਾਨੀ ਇਹੋ ਹੈ, ਇਹੋ ਗੱਲ ਸਤਿਗੁਰੂ ਨੇ ਬਾਣੀ ਵਿੱਚ ਆਖੀ, ਕਹਿਣ ਲੱਗੇ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ। ਮੈਨੂੰ ਕੋਈ ਚੰਗਾ ਆਖੇ ਭਾਵੇਂ ਮਾੜਾ ਆਖੇ, ਜੇ ਰਾਜ ਦੇ ਤਾਂ ਕਮਨ ਬਗਾਏ, ਜੇ ਭੀਖ ਮੰਗਾਵੇਂ ਤਾਂ ਕਿਆ ਘਟ। ਇਹ ਮੇਰੇ ਮਾਲਕ ਜੇ ਇੱਥੋਂ ਤੱਕ ਆਖਿਆ ਮਾਰ ਕੱਢੇ ਵੀ ਰਿਹਾਈ, ਮੈਂ ਤਾਂ ਤੇਰਾ ਦਰ ਛੱਡ ਕੇ ਕਿਵੇਂ ਜਾਵਾਂਗਾ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ। ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੇ, ਜੇ ਤੂੰ ਮੇਰੇ ਵੱਲ ਹੋਵੇ, ਮੇਰਾ ਤੇਰੇ ਨਾਲ ਰਿਸ਼ਤਾ ਹੋਵੇ, ਤੇ ਫਿਰ ਮੈਨੂੰ ਕੋਈ ਕੀ ਆਖੇਗਾ। ਤੇ ਆਖੇ ਤਾਂ ਆਖੇ ਪਿਆ,
ਇੰਨੀ ਮਜ਼ਬੂਤੀ ਹੋਵੇ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।